जस पंजाबी देखते सारे दर्शकों को मेरे वालों प्यार भरी सत श्री अकाल। तुसी वेख रहे हो लॉ गाइड लाइव विद जसप्रीत सिंह अटर्नी एट लॉ। अज साडे गेस्ट सर नाल जुड़नगे ते सारी लीगल अपडेट्स भावें वह करोना वायरस रिलेटिड, इमीग्रेशन रिलेटिड, ट्रैवल बैन रिलेटिड लैके तुहाडे नाल सांझी करनगे। सो विदाउट एनी फर्दर डू प्लीज़ जॉइन मी इन वेलकमिंग जसप्रीत सिंह अटर्नी एट लॉ जो सानू कैलीफोर्निया तो जॉइन करे। जसप्रीत जी तुहाडा प्रोग्राम विच स्वागत, सत श्री अकाल। इमिग्रेशन ट्रैवल कुछ पोलिटिकल जो चीजा अज की डेट विच आ रही हेडलाइन भी कुछ डिस्कशन होंगी है। मैं शुरू तो ही कहना चाहती हाँ कि तुहाडी जो लीगल एक्सपर्टीज है वह ना कि सिर्फ नेशन वाइड बट इंटरनेशनल भी तुसी चीज़ दे नाल वाके वो यूनाइटेड स्टेट्स विच तुहाडे ऑफिसेज वख वख ईस्ट कोस्ट, वैस्ट कोस्ट, न्यूयॉर्क, कैलिफोर्निया वख वख शहरां विच हन। बट जो सब तो ज़्यादा चीज़ आई थिंक सानूं अज डिस्कस करनी पैनी है वह ये डिपोर्टेशन साइड ते लैके जो कुछ कुछ दिनों में रीसेंटली सानू कुछ खबरें सुनने को मिली है। काफ़ी ये शॉकिंग न्यूज़ है बट इन्नी भी शॉकिंग नहीं हैगी जो लोग फमिलियर हैं जिस तरह प्रेजिडेंट ट्रंप की इमीग्रेशन पॉलिसी डिवेलप हो रही है। सब तो पहले तो तुसी सानू थोड़ा जा बैकग्राउंड दसो, राइट, जिन्हों नहीं पता शायद इस चीज़ बारे। प्रेजिडेंट ओबामा की एडमिनिस्ट्रेशन दे विच भी काफ़ी डेपोटेशन हुई सी बट उन्हां दी पॉलिसी स्पेसिफिकली हुन जो ट्रंप एडमिनिस्ट्रेशन दी पॉलिसी है उहदे तो किस तरह वक्री है ते हुन जो ट्रंप एडमिनिस्ट्रेशन कर रही है खास करके कोविड नूं लैके उहदे बारे तुसी सानूं की दस सकदे हो? हाँ जी, इस तरह कि जिवें पिछे जे न्यूज़ आई सी कि इंडिया दे विच चार्टर प्लेन गया उहदे विच काफ़ी बंदे जिहड़े 100 तों वध बंदे गए इत्थों डिपोर्ट कीते ਤੇ ਇਹ ਜਿਹੜੀ ਉਹਦੀ ਕਾਫੀ ਨਿਊਜ਼ ਬਣੀ ਕਿ ਜੀ ਅਮਰੀਕਾ ਤੋਂ ਕਾਫੀ ਡਿਪੋਰਟੇਸ਼ਨ ਵਗੈਰਾ ਹੋ ਰਹੀ ਹੈ ਉਹਦਾ ਰੀਜ਼ਨ ਇਹ ਹੈਗਾ ਕਿ ਇਹਦੇ ਪਿੱਛੇ ਜਿਹੜਾ ਬੈਕਗ੍ਰਾਉਂਡ ਆ ਉਹ ਹੈ ਕਿ ਜਿਹੜੀ ਪ੍ਰੀਵੀਅਸ ਐਡਮਿਨਿਸਟ੍ਰੇਸ਼ਨ ਸੀਗੀ ਪ੍ਰੈਜ਼ੀਡੈਂਟ ਓਬਾਮਾ ਦੀ ਤੇ ਜਿਹੜੀ ਹੁਣ ਦੀ ਐਡਮਿਨਿਸਟ੍ਰੇਸ਼ਨ ਹੈਗੀ ਆ ਇਹਨਾਂ ਦੇ ਵਿੱਚ ਇਹਨਾਂ ਦੀਆਂ ਪਾਲਿਸੀਜ਼ ਦੇ ਵਿੱਚ ਕਾਫੀ ਫਰਕ ਆ। ਉਹ ਇਹ ਆ ਕਿ ਪਹਿਲਾਂ ਜਿਹੜੇ ਪ੍ਰੈਜ਼ੀਡੈਂਟ ਓਬਾਮਾ ਦੇ ਪਹਿਲੇ ਸਾਲ ਸੀਗੇ 4 ਉਹਨਾਂ ਦੇ ਵਿੱਚ ਤਾਂ ਉਹਨਾਂ ਨੇ ਜਿਹੜੇ ਬੰਦਿਆਂ ਨੂੰ ਡਿਪੋਰਟੇਸ਼ਨ ਵਗੈਰਾ ਲੱਗੀ ਸੀ ਉਹ ਕਾਫੀ ਜ਼ਿਆਦਾ ਡਿਪੋਰਟ ਕੀਤੇ, ਬਲਕਿ ਇੰਨੇ ਡਿਪੋਰਟ ਕੀਤੇ ਕਿ ਸ਼ਾਇਦ ਕਿਸੇ ਹੋਰ ਪ੍ਰੈਜ਼ੀਡੈਂਟ ਈਵਨ ਬੁਸ਼ ਨੇ ਵੀ ਨਹੀਂ ਸੀ ਕੀਤੇ। ਲੇਕਿਨ ਜਿਹੜੇ ਉਹਨਾਂ ਦੇ ਪਿਛਲੇ 4 ਸਾਲ ਸੀਗੇ ਉਹਦੇ ਵਿੱਚ ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਇਮੀਗ੍ਰੇਸ਼ਨ ਰਿਫੋਰਮ ਆਵੇ, ਜਿਹੜੇ ਸਾਰਿਆਂ ਨੂੰ ਵਰਕ ਪਰਮਿਟ ਵਗੈਰਾ ਮਿਲਣ ਜਾਂ ਹੋਰ ਜਿਹੜਾ ਮਤਲਬ ਜਿਹੜੇ ਇੱਥੇ ਇਲੀਗਲ ਬੰਦੇ ਹੈਗੇ ਜਿਹੜੇ ਅਮਰੀਕਾ 'ਚ ਰਹਿ ਰਹੇ ਨੇ ਡਾਕੂਮੈਂਟਸ ਤੋਂ ਬਿਨਾਂ, ਜਿਹਨੂੰ ਕਹਿੰਦੇ ਅਨਡਾਕੂਮੈਂਟਡ, ਉਹਨਾਂ ਨੂੰ ਕਿਸੇ ਤਰੀਕੇ ਦੇ ਨਾਲ ਕੋਈ ਪਾਥਵੇ ਮਿਲੇ ਸਿਟੀਜ਼ਨਸ਼ਿਪ ਨੂੰ। ਪਰ ਉਹ ਜਿਹੜੀ ਗੱਲ ਸੀਗੀ ਉਹ ਮਤਲਬ ਕਿਉਂਕਿ ਜਿਹੜੀ ਕਾਂਗਰਸ ਸੀ ਉਸ ਟਾਈਮ 'ਤੇ ਰਿਪਬਲਿਕਨ ਪਾਰਟੀ ਦੀ ਕੰਟਰੋਲ ਸੀ ਅਤੇ ਉਹਨਾਂ ਨੇ ਉਹ ਗੱਲ ਸਿਰੇ ਲੱਗਣ ਨਹੀਂ ਦਿੱਤੀ। ਉਹਨਾਂ ਨੇ ਫਿਰ ਚੇਂਜਸ ਆਪਣੇ ਆਪ ਹੀ ਐਡਮਿਨਿਸਟ੍ਰੇਸ਼ਨ ਦੇ ਵਿੱਚ ਕੀਤੀਆਂ। ਇੱਕ ਤਾਂ ਇਹ ਕੀਤੀ ਕਿ ਜਿਹੜੇ ਬੰਦੇ ਸਦਰਨ ਬਾਰਡਰ ਤੋਂ ਆਉਂਦੇ ਸੀਗੇ ਜਿਵੇਂ ਜਿਹੜੇ ਮੈਕਸੀਕੋ ਤੋਂ ਆਉਂਦੇ ਆ, ਚਾਹੇ ਉਹ ਐਰੀਜ਼ੋਨਾ ਦੇ ਬਾਰਡਰ 'ਤੇ ਆਉਂਦੇ ਜਾਂ ਕੈਲੀਫੋਰਨੀਆ ਦੇ ਬਾਰਡਰ ਤੋਂ ਆਉਂਦੇ ਆ, ਉਹਨਾਂ ਨੂੰ ਤਕਰੀਬਨ ਕਾਫੀ ਬੰਦਿਆਂ ਨੂੰ ਬੌਂਡ ਮਿਲ ਜਾਂਦਾ ਸੀ। ਜਿਹੜੇ ਇਮੀਗ੍ਰੇਸ਼ਨ ਜੱਜ ਨੇ ਉਹ ਬੌਂਡ ਦੇ ਦਿੰਦੇ ਸੀਗੇ ਅਤੇ ਬੌਂਡ ਦੇ ਕੇ ਉਹ ਬਾਹਰ ਆ ਜਾਂਦੇ ਸੀ ਅਤੇ ਬਾਹਰ ਆ ਕੇ ਆਪਣਾ ਕੇਸ ਲੜਦੇ ਸੀ। ਉਹਦੇ ਨਾਲ ਕਾਫੀ ਜ਼ਿਆਦਾ ਬੰਦੇ ਆਏ ਅਤੇ ਬਲਕਿ ਜਿਹੜੇ ਇਮੀਗ੍ਰੇਸ਼ਨ ਦੇ ਜਿਹੜੇ ਥੋੜ੍ਹੇ ਜਿਹੇ ਬੰਦੇ ਚਾਹੁੰਦੇ ਆ ਕਿ ਇਮੀਗ੍ਰੇਸ਼ਨ ਕੰਟਰੋਲ ਹੋਵੇ ਜਾਂ ਇਮੀਗ੍ਰੇਸ਼ਨ ਦੇ ਅਗੇਂਸਟ ਕਹਿ ਲਓ ਜਿਹੜੇ ਗਰੁੱਪਸ ਨੇ, ਉਹਨਾਂ ਨੇ ਇਹ ਵੀ ਇਲਜ਼ਾਮ ਲਾਇਆ ਵੀ ਇਹਦੇ ਨਾਲ ਜਿਹੜੀ ਇਲੀਗਲ ਇਮੀਗ੍ਰੇਸ਼ਨ ਆ ਉਹਨੂੰ ਵਾਧਾ ਮਿਲਿਆ ਵੀ ਜ਼ਿਆਦਾ ਤੋਂ ਜ਼ਿਆਦਾ ਲੋਕ ਆਉਣ ਲੱਗ ਗਏ ਕਿ ਅਮਰੀਕਾ ਦੇ ਵਿੱਚ ਤਾਂ ਤੁਸੀਂ ਜਾਓ ਉਦੋਂ ਛੱਡ ਹੀ ਦਿੰਦੇ ਆ, ਕੁਛ ਨਹੀਂ ਕਹਿੰਦੇ, ਤਾਂ ਉਹਦੇ ਕਰਕੇ ਜਿਹੜੀ ਇਲੀਗਲ ਇਮੀਗ੍ਰੇਸ਼ਨ ਸੀਗੀ ਉਹ ਵਧੀ। ਇੱਕ ਉਹਨਾਂ ਨੇ ਇਹ ਕਰਤਾ ਕਿ ਜੇ ਕਿਸੇ ਬੰਦੇ ਨੇ ਕੋਈ ਕੇਸ ਲਾਇਆ ਬਾਹਰ ਆ ਕੇ ਸੈਲਮ ਦਾ ਜਾਂ ਕੋਈ ਆ ਅਤੇ ਉਹਦੇ 'ਚ ਉਹਨਾਂ ਨੂੰ ਡੇਟ ਨਹੀਂ ਸੀ ਆਉਂਦੀ 6 ਮਹੀਨੇ ਅਤੇ 180 ਦਿਨ ਦੇ ਵਿੱਚ ਉਹਨੂੰ ਵਰਕ ਪਰਮਿਟ ਮਿਲ ਜਾਂਦਾ ਸੀ, ਉਸ ਤੋਂ ਬਾਅਦ 2.5 ਸਾਲ ਦੇ ਵਿੱਚ ਡੇਟ ਆਉਂਦੀ ਸੀ। ਉਹਦੀ ਕੋਸ਼ਿਸ਼ ਸੀਗੀ ਕਿ ਜਿਹੜੇ ਵਰਕ ਪਰਮਿਟ ਵਗੈਰਾ ਇਹ ਜ਼ਿਆਦਾ ਬੰਦਿਆਂ ਨੂੰ ਮਿਲਣ ਅਤੇ ਉਹ ਲੀਗਲੀ ਕੰਮ ਕਰ ਸਕਣ। ਜਦੋਂ ਪ੍ਰੈਜ਼ੀਡੈਂਟ ਟਰੰਪ ਬਣੇ ਪ੍ਰੈਜ਼ੀਡੈਂਟ, ਇੱਕ ਤਾਂ ਇਹਨਾਂ ਨੇ ਆਪਣਾ ਪੋਲ ਜਿਹੜਾ ਇਹਨਾਂ ਦਾ ਪੋਲ ਪ੍ਰੋਮਿਸ ਸੀਗਾ ਕਿ ਮੈਂ ਜਿਹੜਾ ਸਦਰਨ ਬਾਰਡਰ ਤੋਂ ਜਿਹੜੀ ਇਲੀਗਲ ਇਮੀਗ੍ਰੇਸ਼ਨ ਹੈਗੀ ਆ ਉਹਨੂੰ ਬੰਦ ਕਰਾਂਗਾ। ਉਹਦੇ ਤਹਿਤ ਇਹਨਾਂ ਨੇ ਇੱਕ ਤਾਂ ਜਿਹੜੀ ਤੁਹਾਨੂੰ ਪਤਾ ਹੀ ਆ ਵੀ ਜਿਹੜੀ ਹੈਗੀ ਦੀਵਾਰ ਬਣਾਉਣੀ ਸ਼ੁਰੂ ਕਰਤੀ ਜਿਹੜੀ ਵਾਲ ਹੈ, ਅਤੇ ਉਹਦੇ ਵਿੱਚ ਉਹਦੀਆਂ ਕਈ ਰੁਕਾਵਟਾਂ ਆਈਆਂ ਜਿਵੇਂ ਕਈ ਜਿਹੜੀਆਂ ਸਰਕਟ ਕੋਰਟ ਨੇ ਰੋਕਿਆ, ਪਰ ਸੁਪਰੀਮ ਕੋਰਟ ਨੇ ਅਲਟੀਮੇਟਲੀ ਕਲੀਅਰ ਕਰਤਾ ਕਿ ਤੁਸੀਂ ਬਣਾ ਸਕਦੇ ਹੋ।
ਤੇ ਉਹ ਹੁਣ ਜਿਹੜੀ ਹੈਗੀ ਆ ਇਹ ਬਣਾ ਰਹੇ ਆ। ਦੂਸਰਾ ਇਹਨਾਂ ਨੇ ਉਸ ਤੋਂ ਇਲਾਵਾ ਕੀ ਕੀਤਾ ਕਿ ਪਹਿਲਾਂ ਤਾਂ ਟਰਾਈ ਇਹ ਕੀਤੀ ਕਿ ਜਿਹੜੇ ਬੰਦੇ ਇੱਥੇ ਆਉਂਦੇ ਆ ਉਹਨਾਂ ਨੂੰ ਜਿਹੜੇ ਇਮੀਗ੍ਰੇਸ਼ਨ ਜੱਜਸ ਨੇ ਉਹ ਇੰਨਾ ਈਜ਼ਲੀ ਬਾਉਂਡ ਨਾ ਕਰਨ, ਅਤੇ ਉਹਦੇ 'ਚ ਜ਼ਿਆਦਾ ਕਾਮਯਾਬ ਨਹੀਂ ਹੋਏ। ਫਿਰ ਇਹਨਾਂ ਨੇ ਪਿਛਲੇ 1.5 ਸਾਲ ਤੋਂ ਇੱਕ ਹੋਰ ਤਰੀਕਾ ਅਪਣਾਇਆ, ਉਹ ਇਹ ਆ ਕਿ ਜਦੋਂ ਵੀ ਇੱਥੇ ਕੋਈ ਬੰਦਾ ਐਂਟਰ ਕਰਦਾ ਬਾਰਡਰ ਤੋਂ ਜਾਂ ਉਹ ਫੜਿਆ ਜਾਂਦਾ ਜਾਂ ਸਰੈਂਡਰ ਕਰਦਾ, ਉਹਨੂੰ ਇੱਕ ਕ੍ਰੈਡੀਬਲ ਫੀਅਰ ਇੰਟਰਵਿਊ 'ਚੋਂ ਲੰਘਣਾ ਪੈਂਦਾ। ਅੱਛਾ ਜੀ। ਉਹਦਾ ਮਤਲਬ ਹੈ ਕਿ ਜਿਹੜੇ ਉੱਥੇ ਆਈਸ ਦਾ ਅਫਸਰ ਹੈ ਜਾਂ ਉਹ ਜਿਹੜੇ ਕੈਂਪ ਜਾਂਦਾ ਉੱਥੇ ਜਿਹੜਾ ਸੈਲਮ ਅਫਸਰ ਹੈ ਉਹਦੇ ਨਾਲ ਇੱਕ ਇੰਟਰਵਿਊ ਕਰਦੇ ਆ, ਉਹਨੂੰ ਕਹਿੰਦੇ ਆ ਕ੍ਰੈਡੀਬਲ ਫੀਅਰ ਇੰਟਰਵਿਊ। ਉਹਦੇ ਵਿੱਚ ਉਹ ਇਹ ਡਿਟਰਮਿਨ ਕਰਦੇ ਆ ਕਿ ਕੀ ਜਿਹੜਾ ਇਹ ਬੰਦਾ, ਇਹ ਜਿਹੜੇ ਸੈਲਮ ਦੇ ਗਰਾਊਂਡ ਹੈਗੇ ਆ ਪੰਜ, ਜਿਹੜੇ ਸੈਲਮ ਦੇ ਪੰਜ ਗਰਾਊਂਡ ਨੇ, ਇੱਕ ਰੇਸ, ਨੈਸ਼ਨੈਲਿਟੀ, ਰਿਲੀਜਨ, ਇੱਕ ਹੈਗਾ ਮੈਂਬਰਸ਼ਿਪ ਇਨ ਅ ਪਾਰਟੀਕੁਲਰ ਸੋਸ਼ਲ ਗਰੁੱਪ ਤੇ ਪੋਲੀਟੀਕਲ ਓਪੀਨੀਅਨ, ਕਿ ਇਹਨਾਂ ਗਰਾਊਂਡਸ ਦੇ ਵਿੱਚ ਉਹਦਾ ਕੇਸ ਆਉਂਦਾ ਤੇ ਉਹ ਕੇਸ ਇਦਾਂ ਦਾ ਹੈਗਾ ਕਿ ਉਹਨੂੰ ਪਰਸੀਕਿਊਸ਼ਨ ਇਹਨਾਂ ਗਰਾਊਂਡ ਤੇ ਹੋਈ ਆ ਕਿ ਉਹ ਇਮੀਗ੍ਰੇਸ਼ਨ ਜੱਜ ਦੇ ਕੋਲ ਜੇ ਅੱਗੇ ਰੈਫਰ ਕਰੀਏ ਤੇ ਉੱਥੇ ਆਪਣਾ ਕੇਸ ਉਹ ਚਲਾ ਸਕੇਗਾ ਕਿ ਨਹੀਂ, ਕਿ ਉਹ ਇਮੀਗ੍ਰੇਸ਼ਨ ਜੱਜ ਦੇ ਕੋਲ ਜਾਣ ਦੇ ਕੇਸ ਲਾਇਕ ਹੈ ਕਿ ਨਹੀਂ, ਤੇ ਕੀ ਇਹ ਬੰਦਾ ਕ੍ਰੈਡੀਬਲ ਆ। ਉਹ ਜਿਹੜੀ ਹੈਗੀ ਆ ਉਹ ਕਰਦੇ ਆ, ਉਹ ਇੰਟਰਵਿਊ ਉਹ ਕਰਕੇ ਜਿਹਨੂੰ ਤਾਂ ਉਹ 'ਚ ਪਾਸ ਕਰ ਦਿੰਦੇ ਆ, ਉਹਦਾ ਕੇਸ ਇਮੀਗ੍ਰੇਸ਼ਨ ਜੱਜ ਕੋਲ ਅੱਗੇ ਰੈਫਰ ਹੋ ਜਾਂਦਾ, ਤੇ ਜਿਹੜਾ ਇਮੀਗ੍ਰੇਸ਼ਨ ਜੱਜ ਆ ਉਹਦੇ ਕੋਲ ਬੌਂਡ ਅਪਲਾਈ ਹੋ ਜਾਂਦਾ ਪਹਿਲਾਂ ਤਾਂ, ਜੇ ਬੌਂਡ ਹੋ ਜਾਵੇ ਠੀਕ ਆ, ਜੇ ਨਾ ਹੋਵੇ ਤਾਂ ਬੰਦਾ ਅੰਦਰ ਹੀ ਆਪਣਾ ਕੇਸ ਜਿਹੜਾ ਉਹ ਫਾਈਟ ਕਰਦਾ। ਅੱਛਾ ਜੀ। ਪ੍ਰੈਜ਼ੀਡੈਂਟ ਓਬਾਮੇ ਦੀ ਐਡਮਿਨਿਸਟ੍ਰੇਸ਼ਨ ਦੇ ਵਿੱਚ ਤਕਰੀਬਨ 99% ਬੰਦਿਆਂ ਦਾ ਜਿਹੜਾ ਕ੍ਰੈਡੀਬਲ ਫੀਅਰ ਹੈ ਇਹ ਪਾਸ ਹੋ ਜਾਂਦਾ ਸੀ। ਅੱਛਾ ਜੀ। ਬਲਕਿ ਕਈਆਂ ਨੂੰ ਤਾਂ ਇਹ ਵੀ ਨਹੀਂ ਸੀ ਪਤਾ ਵੀ ਇਹ ਵੀ ਕੋਈ ਸਟੇਜ ਹੈਗੀ ਆ, ਇਹ ਇੱਕ ਫਾਰਮੈਲਿਟੀ ਜੀ ਕਿਸਮ ਦੀ ਬਣ ਕੇ ਰਹਿ ਗਈ ਸੀ ਵੀ ਜਿਹੜਾ ਆ ਗਿਆ ਉਹ ਉਹਨੇ ਕ੍ਰੈਡੀਬਲ, ਉਹਨੂੰ ਉਹ ਪਾਸ ਕਰਨ ਦੇ ਸੀ। ਅੱਗੇ ਜਿਹੜਾ ਇਮੀਗ੍ਰੇਸ਼ਨ ਜੱਜ ਆ ਉਹਦੇ ਕੋਲ ਬੌਂਡ ਲੱਗ ਜਾਂਦਾ ਸੀ, ਉਹਦੇ ਜਿਹੜਾ ਮੇਨ ਹੁੰਦਾ ਸੀ ਉਹ ਇਹੀ ਹੁੰਦਾ ਸੀਗਾ ਵੀ ਜਿਹੜਾ ਬੌਂਡ ਕਿੰਨੀ ਅਮਾਊਂਟ ਦਾ ਹੋਵੇ, 5,000 ਦਾ ਹੋਵੇ, 10 ਦਾ ਹੋਵੇ, 15 ਦਾ, 20 ਦਾ ਹੋਵੇ। ਜੀ। ਇਹਨਾਂ ਨੇ ਪਿਛਲੇ 1.5 ਸਾਲ ਤੋਂ ਇਸ ਐਡਮਿਨਿਸਟ੍ਰੇਸ਼ਨ ਨੇ ਕੀ ਕੀਤਾ ਕਿ ਇਹ ਹੁਣ 90% ਤੋਂ ਉੱਪਰ ਬੰਦਿਆਂ ਨੂੰ ਜਿਹੜਾ ਕ੍ਰੈਡੀਬਲ ਫੀਅਰ ਆ ਉਹਦੇ ਵਿੱਚ ਫੇਲ ਕਰ ਦਿੰਦੇ ਆ। ਅੱਛਾ ਜੀ। ਜਿਹੜਾ ਜਿਹੜੀ ਪਹਿਲੀ ਕ੍ਰੈਡੀਬਲ ਫੀਅਰ ਇੰਟਰਵਿਊ ਆ ਹਾਂਜੀ ਉਹਦੇ ਵਿੱਚ ਇਹ ਉਹਨਾਂ ਨੂੰ ਫੇਲ ਕਰਦੇ ਆ, ਜਦੋਂ ਉਹਦੇ 'ਚ ਫੇਲ ਕਰ ਦਿੰਦੇ ਆ ਤਾਂ ਉਸ ਬੰਦੇ ਕੋਲ ਰਾਈਟ ਹੁੰਦਾ ਇਮੀਗ੍ਰੇਸ਼ਨ ਜੱਜ ਕੋਲ ਆਪਣੀ ਇਹ ਗੱਲ ਨੂੰ ਰਿਵਿਊ ਕਰਾਉਣ ਦਾ, ਤੇ ਉਹਨੂੰ ਇਮੀਗ੍ਰੇਸ਼ਨ ਜੱਜ ਕੋਲ ਭੇਜ ਦਿੰਦੇ ਆ, ਤੇ ਉਹਨਾਂ ਵਿੱਚੋਂ ਓਵਰ 90% ਕੇਸਾਂ ਦੇ ਵਿੱਚ ਇਮੀਗ੍ਰੇਸ਼ਨ ਜੱਜ ਇਹਨਾਂ ਨੂੰ ਅਫਰਮ ਕਰ ਦਿੰਦਾ ਵੀ ਬਿਲਕੁਲ ਠੀਕ ਫੈਸਲਾ ਜਿਹੜਾ ਅਸੈਲਮ ਅਫਸਰ ਦਾ ਜਾਂ ਆਈਸ ਅਫਸਰ ਦਾ, ਤੇ ਇਹ ਬੰਦਾ ਕ੍ਰੈਡੀਬਲ ਫੀਅਰ ਇੰਟਰਵਿਊ ਫੇਲ ਹੋ ਗਿਆ ਤੇ ਉਹਨੂੰ ਡਿਪੋਰਟੇਸ਼ਨ ਲਾ ਦਿੰਦਾ, ਤੇ ਜੇ ਉਹ ਇਹਨੂੰ ਅਫਰਮ ਕਰ ਦੇਵੇ ਡਿਪੋਰਟੇਸ਼ਨ ਲਾ ਦੇਵੇ ਤਾਂ ਉਹਦੀ ਕੋਈ ਅਪੀਲ ਨਹੀਂ, ਕੋਈ ਉਹ ਬੰਦਾ ਸੈਲਮ ਅਪਲਾਈ ਨਹੀਂ ਕਰ ਸਕਦਾ, ਕੋਈ ਬੌਂਡ ਲਈ ਅਪਲਾਈ ਨਹੀਂ ਕਰ ਸਕਦਾ, ਕਿਤੇ ਫਰਦਰ ਅਪੀਲ ਨਹੀਂ ਕਰ ਸਕਦਾ, ਕੋਈ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਨਹੀਂ, ਕੋਈ ਅਪੀਲ ਨਹੀਂ, ਤੇ ਉਹਦੀ ਜਦੋਂ ਵੀ ਪਾਸਪੋਰਟ ਬਣ ਗਿਆ ਡੈਪੋਟੇਸ਼ਨ ਹੋਣੀ ਹੋਣੀ ਹੈ। ਸਰਟਨ ਹਾਲਾਤ ਦੇ ਵਿੱਚ ਕੁਛ ਇਹੋ ਜਿਹੇ ਬੰਦਿਆਂ ਨੂੰ ਇਹਨਾਂ ਨੇ ਛੱਡਿਆ ਜਿੱਥੇ ਕਿ ਜੇਲ੍ਹ ਜ਼ਿਆਦਾ ਓਵਰ ਕਰਾਊਡਡ ਹੋਊਗੀ ਜਾਂ ਕੋਈ ਮਤਲਬ ਬਿਮਾਰੀ ਦਾ ਖਤਰਾ, ਪਰ ਉਹ ਵੀ ਉਹਨਾਂ ਦੇ ਜਿਹੜਾ ਹੈਗਾ ਮੋਨੀਟਰ ਲਾ ਦਿੰਦੇ ਆ, ਤੇ ਇਹ ਕਹਿ ਦਿੰਦੇ ਜਦੋਂ ਪਾਸਪੋਰਟ ਬਣ ਗਿਆ ਅਸੀਂ ਡਿਪੋਰਟ ਕਰ ਦਾਂਗੇ। ਤੇ ਉਹਨਾਂ ਵਿੱਚੋਂ ਕੁਛ ਬੰਦਿਆਂ ਨੂੰ ਜਿਹੜੀ ਕਿ ਇੱਕ ਬਹੁਤ ਮਤਲਬ ਥੋੜ੍ਹੀ ਗਿਣਤੀ ਆ, ਕਹਿ ਲਓ ਅਬਾਊਟ 10-15% ਨੂੰ ਜਿਹੜਾ ਇਮੀਗ੍ਰੇਸ਼ਨ ਜੱਜ ਹੈਗਾ ਉਹ ਪਾਸ ਕਰ ਦਿੰਦਾ। ਅੱਛਾ ਜੀ। ਜਦੋਂ ਇਮੀਗ੍ਰੇਸ਼ਨ ਜੱਜ ਉਹਨਾਂ ਨੂੰ ਕ੍ਰੈਡੀਬਲ ਚੋਂ ਪਾਸ ਕਰ ਦਿੰਦੇ ਆ ਤਾਂ ਫਿਰ ਉਹਨਾਂ ਦਾ ਕੇਸ ਅੱਗੇ ਸੈਲਮ ਲਾਉਣ ਲਈ ਰੈਫਰ ਹੋ ਜਾਂਦਾ ਜੱਜ ਕੋਲ, ਤੇ ਉੱਥੇ ਉਹ ਬੌਂਡ ਅਪਲਾਈ ਕਰਦੇ, ਕਈਆਂ ਨੂੰ ਬੌਂਡ ਹੋ ਜਾਂਦਾ, ਜਿਹਨੂੰ ਨਾ ਹੋਵੇ ਉਹਦਾ ਅੰਦਰ ਹੀ ਕੇਸ ਚੱਲਦਾ, ਤੇ ਅੰਦਰ ਜਿਹੜਾ ਰੇਟ ਆ ਪਾਸ ਹੋਣ ਦਾ ਬਹੁਤ ਘੱਟ ਆ, ਮਤਲਬ ਉਹ ਉੱਥੇ ਵੀ 90% ਤੋਂ ਉੱਪਰ ਕੇਸ ਡਿਨਾਈ ਹੁੰਦੇ ਆ, ਉਦੋਂ ਬਾਅਦ ਉਹ ਬੋਰਡ ਆਫ ਇਮੀਗ੍ਰੇਸ਼ਨ ਅਪੀਲ 'ਚ ਅਪੀਲ ਕਰਦੇ ਆ ਜਾਂ ਸਰਕਟ ਕੋਰਟ 'ਚ ਕਰਦੇ ਆ, ਤਾਂ ਅਲਟੀਮੇਟਲੀ ਜੇ ਸਭ ਕੁਝ ਡਿਨਾਈ ਹੋ ਗਿਆ ਤਾਂ ਉਹਨਾਂ ਨੂੰ ਵੀ ਜਿਹੜੀ ਹੈਗੀ ਆ ਉਹ ਡੈਪੋਟੇਸ਼ਨ ਲੱਗ ਜਾਂਦੀ ਆ। ਸੋ ਇਹ ਜਿਹੜੀ ਚੇਂਜ ਆ ਇਹਦੇ ਕਾਰਨ ਜ਼ਿਆਦਾ ਜਿਹੜੇ ਬੰਦੇ ਹੁਣ ਆਏ ਆ ਪਿਛਲੇ 1.5-2 ਸਾਲਾਂ ਦੇ ਵਿੱਚ ਉਹਨਾਂ ਨੂੰ ਡੈਪੋਟੇਸ਼ਨ ਲੱਗੀ ਆ ਅੰਦਰੋਂ, ਤੇ ਬੌਂਡ ਨਹੀਂ ਹੋਏ ਕਿਉਂਕਿ ਜ਼ਿਆਦਾ ਬੰਦੇ ਜਿਹੜੇ ਸੀ ਉਹ ਕ੍ਰੈਡੀਬਲ ਫੇਅਰ 'ਚੋਂ ਜਿਹੜੀ ਇੰਟਰਵਿਊ ਦਿੱਤੀ ਕ੍ਰੈਡੀਬਲ ਫੇਅਰ ਉਹ 'ਚੋਂ ਫੇਲ ਹੋ ਗਏ, ਉਸ ਤੋਂ ਬਾਅਦ ਇਮੀਗ੍ਰੇਸ਼ਨ ਜੱਜਿਸ ਨੇ ਵੀ ਉਹ ਫਰਮ ਕਰਤਾ, ਤੇ ਉਸ ਤੋਂ ਬਾਅਦ ਉਹ ਸੈਲਮ ਨਹੀਂ ਲਾ ਸਕੇ ਤੇ ਉਹਨਾਂ ਨੂੰ ਡੈਪੋਟੇਸ਼ਨ ਲੱਗ ਗਈ। ਜ਼ਿਆਦਾ ਕਾਰਨ ਇਹ ਆ ਜਿਹੜਾ ਕਿ ਪੁਰਾਣੀ ਐਡਮਿਨਿਸਟ੍ਰੇਸ਼ਨ ਨਾਲੋਂ ਫਰਕ ਹੈ। ਬਾਕੀ ਪਰ ਇਹ ਆ ਨਾਲ ਮੈਂ ਕਹੂੰਗਾ ਪਹਿਲਾਂ ਦੇਖੋ ਇਲੀਗਲ ਤਰੀਕੇ ਦੇ ਨਾਲ ਆਉਣਾ ਹੀ ਗਲਤ ਆ, ਮਤਲਬ ਆਪਾਂ ਇੱਥੇ ਜਦੋਂ ਇਲੀਗਲ ਤਰੀਕੇ ਨਾਲ ਕੋਈ ਬੰਦਾ ਆਉਂਦਾ ਉਹਨੂੰ ਕਿੰਨੇ ਜ਼ਿਆਦਾ ਰਾਹ ਦੇ ਵਿੱਚ ਮਤਲਬ ਖਤਰਾ, ਕਿੰਨਾ ਉਹਦਾ ਖਰਚਾ ਹੁੰਦਾ, ਇਹ ਤਰੀਕਾ ਹੀ ਗਲਤ ਆ। ਪਰ ਜੇ ਕਿਸੇ ਨੂੰ ਰੀਅਲੀ ਪ੍ਰੋਬਲਮ ਹੈਗੀ ਆ, ਪਰਸੀਕਿਊਟ ਹੋਇਆ ਉਹ ਕਿਸੇ ਰਿਲੀਜਨ, ਪੋਲੀਟੀਕਲ ਓਪੀਨੀਅਨ, ਰੇਸ ਜਾਂ ਨੈਸ਼ਨੈਲਿਟੀ ਜਾਂ ਜਿਹੜਾ ਹੈਗਾ ਮੈਂਬਰਸ਼ਿਪ ਹੋਵੇ ਸੋਸ਼ਲ ਗਰੁੱਪ ਦੇ ਜਿਹੜਾ ਬੇਸ ਤੇ, ਤਾਂ ਜੇ ਉਹ ਆਏਗਾ, ਕਿਉਂਕਿ ਸੈਲਮ ਬਣਿਆ ਹੀ ਉਹਨਾਂ ਲੋਕਾਂ ਲਈ ਆ ਜਿਹਨਾਂ ਨੂੰ ਕੋਈ ਇਸ ਕਿਸਮ ਦੀ ਪਰਸੀਕਿਊਸ਼ਨ ਹੈਗੀ ਆ,
ਤਾਂ ਉਹਨੂੰ ਇਹਨਾਂ ਦਿੱਕਤਾਂ ਦਾ ਹੁਣ ਸਾਹਮਣਾ ਕਰਨਾ ਪਏਗਾ। ਇਹਦੇ ਨਾਲ ਨਾਲ ਇਹਨਾਂ ਨੇ ਦੋ ਚੀਜ਼ਾਂ ਹੋਰ ਐਡ ਕੀਤੀਆਂ। ਇੱਕ ਤਾਂ ਇਹ ਕੀਤਾ ਕਿ ਇੱਕ BIA ਦਾ ਕੇਸ ਆ ਗਿਆ ਜਿਹਨੂੰ ਕਹਿੰਦੇ ਆ ਮੈਟਰ ਆਫ RKK। ਅੱਛਾ ਜੀ। ਉਹਦੇ ਵਿੱਚ ਉਹਨਾਂ ਨੇ ਲੇ ਡਾਊਨ ਕੀਤਾ ਸੀ ਵੀ ਜੇ ਦੋ ਤਿੰਨ ਬੰਦਿਆਂ ਦੀ ਜਿਹੜੀ ਸਟੋਰੀ ਆ ਆਪਸ 'ਚ ਮਿਲਦੀ ਆ, ਵੀ ਉਹਨਾਂ ਦੇ ਜਿਹੜੇ ਸਰਕਮਸਟਾਂਸਸ ਸੇਮ ਨੇ, ਵੀ ਉਹ ਕਹਿੰਦਾ ਮੈਨੂੰ ਵੀ ਆਹ ਹੋਇਆ, ਦੂਜੇ ਨੂੰ ਵੀ ਸੇਮ ਹੀ ਹੋਇਆ ਤੇ ਸੇਮ ਹੀ ਤਰੀਕੇ ਨਾਲ ਹੋਇਆ, ਲੈਂਗੁਏਜ ਵੀ ਮਿਲਦੀ ਆ, ਤਾਂ ਉਹ ਜੱਜ ਇਹ ਫੈਸਲਾ ਕਰ ਸਕਦਾ ਵੀ ਬੰਦਾ ਕ੍ਰੈਡੀਬਲ ਨਹੀਂ ਝੂਠ ਬੋਲ ਰਿਹਾ। ਅੱਛਾ ਜੀ। ਉਹਨੂੰ ਯੂਜ਼ ਕਰਕੇ ਆਪਣੇ ਜਿਹੜੇ ਜ਼ਿਆਦਾ ਬੰਦੇ ਉੱਥੋਂ ਆਉਂਦੇ ਆ ਉਹਨਾਂ ਦੇ ਜਿਹੜੇ ਕਲੇਮ ਆਉਂਦੇ ਉਹ ਸੇਮ ਤਰੀਕੇ ਦੇ ਹੁੰਦੇ ਆ, ਉਹਨਾਂ ਨਾਲ ਉਹੀ ਘਟਨਾਵਾਂ ਹੋਈਆਂ ਹੁੰਦੀਆਂ, ਭਾਵੇਂ ਅਲੱਗ ਅਲੱਗ ਜਗ੍ਹਾ ਤੇ ਹੋਈਆਂ ਹੁੰਦੀਆਂ ਪਰ ਹੁੰਦੀਆਂ ਸੇਮ ਹੈ। ਉਹ ਕਈ ਜੱਜਸ ਜਿਹੜੇ ਨੇ ਉਹਨਾਂ ਨੇ ਉਹਨੂੰ ਬੇਸ ਬਣਾ ਕੇ ਵੀ ਕੇਸ ਡਿਨਾਈ ਕੀਤੇ ਕਿ ਅੱਛਾ ਜੀ ਮੇਰੇ ਕੋਲ 10 ਕੇਸ ਪਹਿਲਾਂ ਆਏ ਸੀ ਤੇ ਉਹਨਾਂ ਦੀ ਵੀ ਇਹੀ ਸਟੋਰੀ ਸੀਗੀ ਤਾਂ ਹੁਣ ਤੁਹਾਡੀ ਵੀ ਉਹੀ ਆ ਕਿ ਇਸ ਕਰਕੇ ਉਹ ਜਿਹੜਾ ਡਿਨਾਈ ਹੋਏਗਾ। ਤੇ ਇਹਦੇ ਨਾਲ ਜਿਹੜਾ ਇੱਕ ਤੀਸਰਾ ਕੰਮ ਕੀਤਾ ਜਿਹਨੇ ਕਿ ਹੋਰ ਕਸਰ ਕੱਢਤੀ, ਉਹ ਇਹ ਆ ਕਿ ਇਹਨਾਂ ਨੇ ਇੱਕ ਲਾਸਟ ਈਅਰ ਇੱਕ ਰੂਲ ਬਣਾਇਆ ਜਿਹਨੂੰ ਕਹਿੰਦੇ ਆ ਕਿ 3rd country ਸੈਲਮ ਰੂਲ। ਅੱਛਾ ਜੀ। ਉਹਦਾ ਮਤਲਬ ਇਹ ਆ ਕਿ ਉਹ ਜੁਲਾਈ ਦੇ ਵਿੱਚ ਇਹਨਾਂ ਨੇ ਬਣਾਇਆ, ਉਸ ਤੋਂ ਬਾਅਦ ਸੁਪਰੀਮ ਕੋਰਟ ਨੇ ਵੀ ਉਹਨੂੰ ਮਤਲਬ ਪਾਸ ਕਰਤਾ ਸਪਟੈਂਬਰ 'ਚ ਕਿ ਅਪਰੂਵ ਕਰਤਾ ਵੀ ਠੀਕ ਆ। ਉਹਦਾ ਮਤਲਬ ਆ ਵੀ ਜਿਹੜਾ ਵੀ ਸੈਲਮ ਐਪਲੀਕੈਂਟ ਇੱਥੇ ਆਏਗਾ ਉਹ ਪਹਿਲਾਂ ਜੇ ਕਿਸੇ ਹੋਰ ਕੰਟਰੀ 'ਚੋਂ ਲੰਘ ਕੇ ਆਉਂਦਾ, ਜਿਵੇਂ ਫਰਜ਼ ਕਰੋ ਉਹ ਮੈਕਸੀਕੋ 'ਚੋਂ ਆਉਂਦਾ ਜਾਂ ਕਿਸੇ ਹੋਰ ਕੰਟਰੀ ਤੋਂ ਆਉਂਦਾ, ਉਹ ਕੰਟਰੀ ਦੇ ਵਿੱਚ ਪਹਿਲਾਂ ਸੈਲਮ ਲਾਵੇ ਅੱਛਾ ਜੀ, ਤੇ ਉੱਥੋਂ ਜੇ ਉਹਦਾ ਕੇਸ ਫੇਲ ਹੋਇਆ ਤਾਂ ਇੱਥੇ ਲੱਗੇਗਾ। ਓਕੇ। ਤੇ ਜੇ ਉਹਦਾ ਕੇਸ ਉੱਥੇ ਉਹਨੇ ਲਾਇਆ ਹੀ ਨਹੀਂ ਤਾਂ ਉਹ ਸੈਲਮ ਨਹੀਂ ਲਾ ਸਕਦਾ, ਉਹਨੂੰ ਵਿਦਹੋਲਡਿੰਗ ਆਫ ਰਿਮੂਵਲ ਜਾਂ ਪ੍ਰੋਟੈਕਸ਼ਨ ਅੰਡਰ ਕੈਟ ਜਿਹਦਾ ਕਿ ਥੋੜਾ ਹਾਇਰ ਸਟੈਂਡਰਡ ਆ, ਉਹਦੇ ਤੇ ਉਹ ਮਤਲਬ ਜਿਹੜੇ ਜੱਜ ਹੈਗੇ ਸੁਣਦੇ ਆ ਤੇ ਉਹਨੂੰ ਜੇ ਮਤਲਬ ਗ੍ਰਾਂਟ ਹੋਣਾ ਹੁੰਦਾ ਉੱਥੇ ਕਰਦੇ ਆ। ਜੀ ਜੀ। ਪਰ ਉਹਦੀਆਂ ਕੁਝ ਐਕਸੈਪਸ਼ਨਸ ਹੈਗੀਆਂ ਲਿਮਿਟਡ, ਜਿਵੇਂ ਜਿਹੜੇ ਵਿਕਟਿਮਸ ਹੈਗੇ ਆ ਮਤਲਬ ਹਿਊਮਨ ਟ੍ਰੈਫਿਕਿੰਗ ਦੇ, ਜਾਂ ਕੋਈ ਐਸੀ ਕੰਟਰੀ 'ਚ ਆਇਆ ਜਿਹੜੀ ਕਿ ਸੈਲਮ ਦੀ ਜਿਹੜੀ ਕਨਵੈਨਸ਼ਨਸ ਹੈਗੀਆਂ ਉਹਦੀ ਨਹੀਂ ਸਿਗਨੇਟਰੀ, ਜੀ ਪਰ ਜ਼ਿਆਦਾਤਰ ਉਹਨੂੰ ਯੂਜ਼ ਕਰਕੇ ਵੀ ਸੈਲਮ ਜਿਹੜੇ ਹੈਗੇ ਆ ਉਹ ਡਿਨਾਈ ਹੋ ਰਹੇ ਆ। ਸੋ ਇਹ ਜਿਹੜੀਆਂ ਕਾਰਨਾਂ ਕਰਕੇ ਹੁਣ ਜਿਹੜੇ ਬੰਦੇ ਆ ਰਹੇ ਆ ਉਹਨਾਂ ਦੀ ਡੈਪੂਟੇਸ਼ਨ ਹੋ ਰਹੀ ਆ, ਪਰ ਇਹਨਾਂ ਦੇ ਨਾਲ ਨਾਲ ਜਿਹੜੇ ਇਦਾਂ ਦੇ ਬੰਦੇ ਆ ਜਿਹੜੇ ਕਿ ਇੱਥੇ ਜਦੋਂ ਆ ਜਾਂਦੇ ਆ ਫੜੇ ਨਹੀਂ ਜਾਂਦੇ ਕਿਸੇ ਕਾਰਨ ਕਰਕੇ, ਉਹ ਫੜੇ ਨਹੀਂ ਗਏ, ਉਹ ਮਤਲਬ ਲੰਘਿਆ ਏ ਸੇਫ ਆ ਗਏ, ਜਾਂ ਜਿਹੜਾ ਕੋਈ ਮਤਲਬ ਵਿਜ਼ਟਰ ਵੀਜ਼ੇ ਤੇ ਆਇਆ ਤੇ ਉਹ ਸੈਲਮ ਕਰਦਾ ਉਹਨੂੰ ਕੋਈ ਪ੍ਰੋਬਲਮ ਨਹੀਂ ਹੈਗੀ, ਉਹਦਾ ਸੈਲਮ ਦਾ ਕੇਸ ਲੱਗ ਰਿਹਾ ਤੇ ਉਹਦੇ ਵਾਸਤੇ ਉਹ ਵਿਦਨ 1 ਈਅਰ ਆਪਣਾ ਕੇਸ ਲਾ ਸਕਦਾ, ਉਹਨੂੰ ਕੋਈ ਨਹੀਂ। ਪਰ ਜਿਹੜੇ ਫੜੇ ਜਾਂਦੇ ਆ ਉਹਨਾਂ ਨੂੰ ਇਹਨਾਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਜਿਹਦੇ ਕਰਕੇ ਕਿ ਜ਼ਿਆਦਾ ਡੈਪੂਟੇਸ਼ਨ ਹੁੰਦੀ। ਜੀ ਜੀ। ਕਹਿਣ ਦਾ ਭਾਵ ਹੈ ਮਤਲਬ ਜਿੱਥੇ ਇੰਨੇ ਸਾਲਾਂ ਤੋਂ ਤੁਸੀਂ ਕਹਿ ਸਕਦੇ ਹੋ 10 ਤੋਂ ਵੱਧ ਸਾਲਾਂ ਤੋਂ ਅਸਾਈਲਮ ਇੱਕ ਬਹੁਤ ਹੀ ਆਸਾਨ ਤਰੀਕਾ ਦੇਖਿਆ ਜਾਂਦਾ ਸੀ ਕਿ ਤੁਸੀਂ ਈਜ਼ੀਲੀ ਅਸਾਈਲਮ ਦੇ ਰਾਹੀਂ ਪੱਕੇ ਬਣ ਸਕਦੇ ਹੋ, ਹੁਣ ਉਹ ਬਿਲਕੁਲ ਨਹੀਂ ਰਿਹਾ। ਟਰੰਪ ਐਡਮਿਨਿਸਟ੍ਰੇਸ਼ਨ ਦੇ ਵੱਖ ਵੱਖ ਰੂਲਸ ਜੋ ਤੁਸੀਂ ਸਾਨੂੰ ਦੱਸੇ ਕਿਸ ਤਰ੍ਹਾਂ ਇਹਨਾਂ ਨੇ ਚੇਂਜਿਸ ਇਮੀਗ੍ਰੇਸ਼ਨ ਪੋਲਿਸੀ ਅਤੇ ਖਾਸ ਕਰਕੇ ਅਸਾਈਲਮ ਦੇ ਵਿੱਚ ਹੁਣ ਅਪਣਾਏ ਹੈ, ਕਿੰਨੀ ਉਹ ਮੁਸ਼ਕਿਲ ਹੋ ਗਈ ਇਹ ਚੀਜ਼, ਕਿੰਨਾ ਔਖਾ ਉਹ ਪ੍ਰੋਸੈਸ ਹੋ ਗਿਆ ਕਿ ਜਿੱਥੇ 90% ਅਸਾਈਲਮ ਅਪਰੂਵ ਹੁੰਦੇ ਸੀ ਹੁਣ 90% ਡਿਨਾਈ ਹੁੰਦੇ ਹੈ। ਅਤੇ ਜਸਪ੍ਰੀਤ ਜੀ, ਹੋਰ 2-3 ਚੀਜ਼ਾਂ ਡੈਫੀਨਲੀ ਮੈਂ ਤੁਹਾਡੇ ਤੋਂ ਅਪਡੇਟ ਕਰਨੀ ਚਾਹੁੰਦੀ ਹਾਂ, ਬਟ ਥੋੜ੍ਹਾ ਜਿਹਾ ਇਸ ਕਰੰਟ ਇਵੈਂਟਸ ਤੋਂ ਹਟ ਕੇ, ਕਿੰਨਾ ਇੰਪੋਰਟੈਂਟ ਹੈ ਜਦੋਂ ਕੋਈ ਵੀ ਐਡਮਿਨਿਸਟ੍ਰੇਸ਼ਨ ਆਉਂਦੀ ਹੈ ਅਤੇ ਆ ਕੇ ਉਹ ਇਸ ਤਰ੍ਹਾਂ ਦੇ ਜੱਜਿਸ ਨੂੰ ਅਪੁਆਇੰਟ ਕਰਦੇ ਆ, ਰਾਈਟ? ਇਹ ਥੋੜ੍ਹੀ ਜਿਹੀ ਇਸ ਚੀਜ਼ ਸਾਨੂੰ ਨਿਊਜ਼ ਵਿੱਚ ਸੁਣਨ ਨੂੰ ਮਿਲਦੀ ਹੈ। ਅੱਜ ਕੱਲ੍ਹ ਤਾਂ ਇੰਨੀ ਜ਼ਿਆਦਾ ਅਪਡੇਟਸ ਨਹੀਂ ਹਨ, ਬਟ ਪਿਛਲੇ ਸਾਲ ਇਹ ਬਹੁਤ ਹੀ ਵੱਡੀ ਸਟੋਰੀ ਸੀਗੀ ਕਿ ਟਰੰਪ ਐਡਮਿਨਿਸਟ੍ਰੇਸ਼ਨ ਨੇ ਰੈਕਰਡ ਨੰਬਰ ਆਫ ਅਪੁਆਇੰਟਮੈਂਟਸ ਕੀਤੀਆਂ ਸਰਕਿਟ ਲੈਵਲ, ਅਪੀਲ ਲੈਵਲ, ਫੈਡਰਲ ਲੈਵਲ ਜੱਜਿਸ ਦੀ, ਐਂਡ ਉਹਨਾਂ ਦਾ ਨਤੀਜਾ ਇਸ ਤਰ੍ਹਾਂ ਦੇ ਡਿਸੀਜਨ ਮੇਕਿੰਗ ਵਿੱਚ ਸਾਨੂੰ ਹੁਣ ਦੇਖਣ ਨੂੰ ਮਿਲ ਰਿਹਾ। ਕਿੰਨਾ ਕੁ ਇੰਪੋਰਟੈਂਟ ਹੈ ਇਸ ਤਰ੍ਹਾਂ ਦੀ ਜੱਜਿਸ ਦੀ ਅਪੁਆਇੰਟਮੈਂਟ? ਹਾਂਜੀ, ਇਹ ਬਹੁਤ ਜ਼ਿਆਦਾ ਇੰਪੋਰਟੈਂਟ ਆ, ਕਿਉਂਕਿ ਜਿਹੜੇ ਜੱਜਸ ਨੇ ਫੈਸਲਾ ਤਾਂ ਉਹਨਾਂ ਨੇ ਹੀ ਕਰਨਾ ਹੁੰਦਾ, ਤੇ ਲੇਕਿਨ ਇੱਕ ਗੱਲ ਮੈਂ ਇਹਦੇ 'ਚ ਦੱਸਦੇ ਹਾਂ ਕਿ ਜਿਹੜੇ ਬੰਦੇ, ਇਹ ਤਾਂ ਉਹਨਾਂ ਲਈ ਆ ਜਿਹੜੇ ਡਿਟੈਂਸ਼ਨ 'ਚ ਨੇ, ਜਿਹਨਾਂ ਦੇ ਕੇਸ ਡਿਟੈਂਸ਼ਨ ਦੇ ਵਿੱਚ ਹੈਗੇ ਉਹ ਡਿਨਾਈ ਹੁੰਦੇ ਆ, ਪਰ ਜਿਹਦਾ ਕੇਸ ਬਾਹਰ ਚੱਲ ਰਿਹਾ, ਜਿਹੜਾ ਬੰਦਾ ਬੌਂਡ ਦੇ ਬਾਹਰ ਕਿਸੇ ਤਰੀਕੇ ਨਾਲ ਆ ਗਿਆ ਜਾਂ ਉਹਦਾ ਕੇਸ ਪਹਿਲਾਂ ਹੀ ਚੱਲਦਾ, ਉਹਦੇ 'ਚ ਅੱਜ ਵੀ ਕੈਲੀਫੋਰਨੀਆ ਤੇ ਨਿਊਯਾਰਕ ਸਟੇਟਾਂ ਦੇ ਵਿੱਚ ਬਹੁਤ ਜ਼ਿਆਦਾ ਅਪਰੂਵਲ ਰੇਟ ਆ ਸੈਲਮ ਦਾ, ਅੱਜ ਵੀ ਜਿਹੜੇ ਨੇ ਉਹ 80-90% ਕੇਸ ਜਿਹੜੇ ਨੇ ਉਹ ਜੇ ਸਹੀ ਤਰੀਕੇ ਨਾਲ ਪ੍ਰੈਜੈਂਟ ਕੀਤੇ ਜਾਣ ਉਹ ਪਾਸ ਹੋ ਰਹੇ ਆ। ਅੱਛਾ ਜੀ। ਸੋ ਹਾਂਜੀ, ਸੋ ਇਹ ਇਸ ਕਰਕੇ ਇਹ ਜਿਹੜਾ ਹੈਗਾ ਡਿਟੈਂਸ਼ਨ ਵਾਲਿਆਂ ਦਾ ਜਿਹੜਾ ਹੈਗਾ ਉਹ ਸਿਸਟਮ ਥੋੜਾ ਡਿਫਰੈਂਟ ਆ, ਪਰ ਜਿਹੜੇ ਬਾਹਰ ਨੇ ਉਹਨਾਂ ਦਾ ਡਿਫਰੈਂਟ ਆ। ਬਾਹਰ ਵਾਲਿਆਂ ਦੇ ਕੇਸ ਜਿਹੜੇ ਇਮੀਗ੍ਰੇਸ਼ਨ ਕੋਰਟਾਂ ਚੱਲਦੇ ਆ ਉਹ ਪਾਸ ਹੋ ਰਹੇ ਆ, ਸ਼ਿਕਾਗੋ ਵੀ ਪਾਸ ਹੋ ਰਹੇ ਆ, ਹੋਰਾਂ ਥਾਵਾਂ ਦੀ ਵੀ ਹੋ ਰਹੇ, ਪਰ ਨਿਊਯਾਰਕ ਕੈਲੀਫੋਰਨੀਆ ਸਭ ਤੋਂ ਜ਼ਿਆਦਾ ਹੋ ਰਹੇ ਆ, ਸੈਨ ਫਰਾਂਸਿਸਕੋ ਏਰੀਆ 'ਚ ਤੇ ਨਿਊਯਾਰਕ। ਜੀ। ਪਰ ਜਿਹੜਾ ਜੱਜਸ ਦਾ ਹੈਗਾ ਇਹ ਡੈਫੀਨਿਟਲੀ ਫਰਕ ਹੈ, ਕਿਉਂਕਿ ਜਦੋਂ ਵੀ ਕੋਈ ਜਿਹੜੀ ਹੈਗੀ ਆ ਐਡਮਿਨਿਸਟ੍ਰੇਸ਼ਨ ਕੰਮ ਕਰਦੀ ਆ, ਉਹਨੂੰ ਜੇ ਕੋਈ ਡਿਸਟ੍ਰਿਕਟ ਜੱਜ ਬਲੌਕ ਕਰਦਾ ਜਾਂ ਕੋਈ ਸਰਕਟ ਕੋਰਟ ਕਰਦੀ ਆ,
ਜਿਹੜੀ ਯੂ ਐਸ ਸੁਪਰੀਮ ਕੋਰਟ ਆ ਉਹ ਮਤਲਬ ਐਡਮਿਨਿਸਟ੍ਰੇਸ਼ਨ ਦੇ ਫੇਵਰ 'ਚ ਕਰ ਦਿੰਦੀ ਆ। ਹੁਣ ਪਿੱਛੇ ਦੇਖਿਆ ਚਾਹੇ ਤਾਂ ਜਿਹੜਾ ਵਾਲ ਵਾਲਾ ਬਣਾਉਣ ਦਾ ਸੀਗਾ ਮਸਲਾ ਉਹਦੇ ਸੁਪਰੀਮ ਕੋਰਟ ਨੇ ਐਡਮਿਨਿਸਟ੍ਰੇਸ਼ਨ ਦੀ ਸਾਈਡ ਲਈ। ਉਦੋਂ ਬਾਅਦ ਪਬਲਿਕ ਚਾਰਜ ਦਾ ਆਇਆ ਜਿਹੜਾ ਰੂਲ ਆ ਉਹਦੇ ਵਿੱਚ ਵੀ ਐਡਮਿਨਿਸਟ੍ਰੇਸ਼ਨ ਦੀ ਸਾਈਡ ਲਈ ਤੇ ਕਿਹਾ ਇਹ ਠੀਕ ਆ। ਤੇ ਤੀਸਰਾ ਜਿਹੜਾ ਥਰਡ ਕੰਟਰੀ ਅਸਾਈਲਮ ਜਿਹੜਾ ਹੈਗਾ ਰੂਲ ਆ ਇਹਦੇ ਵਿੱਚ ਵੀ ਜਿਹੜੀ ਯੂ ਐਸ ਸੁਪਰੀਮ ਕੋਰਟ ਨੇ ਕਿਹਾ ਵੀ ਠੀਕ ਆ। ਸੋ ਜਿਹੜੇ ਜੱਜਸ ਅਪਾਇੰਟ ਕੀਤੇ ਜਾਂਦੇ ਆ ਜੀ ਉਹਨਾਂ ਦਾ ਫਰਕ ਹੈਗਾ, ਬਲਕਿ ਹੁਣ ਤਾਂ 9th ਸਰਕਟ ਤੇ ਵੀ ਫਰਕ ਪੈ ਰਿਹਾ। ਅੱਗੇ ਜਿਹੜੀ 9th ਸਰਕਟ ਕੋਰਟ ਆਫ ਅਪੀਲ ਸੀ ਉਹ ਸਭ ਤੋਂ ਜ਼ਿਆਦਾ ਸਮਝੀ ਜਾਂਦੀ ਸੀ ਕਿ ਲਿਬਰਲ ਹੈਗੀ ਆ ਤੇ ਇਮੀਗ੍ਰੈਂਟ ਦੇ ਹੱਕ 'ਚ ਆ, ਪਰ ਜਿਹੜੀਆਂ ਉੱਥੇ ਨਵੀਆਂ ਅਪਾਇੰਟਮੈਂਟਸ ਹੋਈਆਂ ਉਹਦੇ ਕਰਕੇ ਜਿਹੜੇ ਕੁਝ ਜੱਜਸ ਨੇ ਉੱਥੇ ਵੀ ਹੁਣ ਟਫ ਹੋ ਗਿਆ। ਹੁਣ ਮੈਂ ਤੁਹਾਨੂੰ ਪਿੱਛੇ ਮਿਸਾਲ ਦਿੰਦਾ ਕਿ ਇੱਕ ਡਿਸਟ੍ਰਿਕਟ ਕੋਰਟ ਨੇ ਕਿਤੇ ਐਟਲੈਂਟੋ ਡਿਟੈਂਸ਼ਨ ਸੈਂਟਰ ਹੈਗਾ ਕੈਲੀਫੋਰਨੀਆ 'ਚ, ਤੇ ਉਹ ਜਿਸ ਜੁਰਿਸਡਿਕਸ਼ਨ 'ਚ ਆਉਂਦਾ ਉਹਦਾ ਜਿਹੜਾ ਡਿਸਟ੍ਰਿਕਟ ਕੋਰਟ ਦਾ ਜੱਜ ਆ ਉਹਨੇ ਕਿਹਾ ਕਿ ਇੱਥੇ ਹਾਲਾਤ ਠੀਕ ਨਹੀਂ ਹੈਗੇ, ਇੱਥੇ ਬੰਦੇ ਬਹੁਤ ਜ਼ਿਆਦਾ ਕਰਾਊਡਡ ਨੇ, ਜਾਂ ਇਹਨਾਂ ਦੇ ਜਿਹੜੇ ਮਤਲਬ ਇੱਥੇ ਕਨੀਸ਼ਨਾਂ ਹੈਗੀਆਂ ਸੈਨੇਟਰੀ ਜਾਂ ਮੈਡੀਕਲ ਉਹ ਪ੍ਰੋਪਰ ਨਹੀਂ ਹੈਗੀਆਂ, ਤੇ ਇਹਨਾਂ ਨੂੰ ਰਿਲੀਜ਼ ਕਰਨਾ ਚਾਹੀਦਾ, ਆਪਣੀ ਗਿਣਤੀ ਘਟਾਉਣ ਵੀ ਉਹਦੇ ਵਿੱਚੋਂ ਕਾਫੀ ਬੰਦੇ ਰਿਲੀਜ਼ ਕਰਨ, ਤੇ ਉਹਨੇ ਟਾਈਮ ਵੀ ਦਿੱਤਾ ਵੀ ਇੰਨੀ ਦੇਰ 'ਚ ਕਰੋ। ਗਵਰਨਮੈਂਟ ਨੇ ਕਿਹਾ ਵੀ ਨਹੀਂ ਅਸੀਂ ਨਹੀਂ ਛੱਡਣੇ, ਇਹਨਾਂ ਨੇ ਅਪੀਲ ਕਰਤੀ 9th ਸਰਕਟ 'ਚ। 9th ਸਰਕਟ ਨੇ ਗਵਰਨਮੈਂਟ ਦੇ ਹੱਕ 'ਚ ਡਿਸੀਜਨ ਦੇ ਦਿੱਤਾ, ਉਹ ਕੋਰਟ ਜਿਹੜੀ ਕਿ ਇਮੀਗ੍ਰੈਂਟਸ ਦੇ ਹੱਕ ਦੇ ਵਿੱਚ ਅੱਗੇ ਹਮੇਸ਼ਾ ਹੁੰਦੀ ਸੀਗੀ, ਉਹਨੇ ਕਿਹਾ ਕਿ ਨਹੀਂ ਇਹ ਜਿਹੜੀ ਗਵਰਨਮੈਂਟ ਹੈਗੀ ਆ ਇਹਨੇ ਦੇਖਣਾ ਕਿ ਕੰਡੀਸ਼ਨ ਕੀ ਹੈਗੀ, ਇਹਨਾਂ ਨੂੰ ਅਸੀਂ ਹੋਰ ਟਾਈਮ ਦਿੰਦੇ ਹਾਂ ਆਹ ਕਰਦੇ ਹਾਂ ਤੇ ਇਸ ਕਰਕੇ ਕਰਨ, ਉਹਦੇ ਕਰਕੇ ਉਹ ਜਿਹੜੀ ਰਿਲੀਜ਼ ਸੀਗੀ ਉਹ ਉਹਨਾਂ ਨੇ ਉੱਤੇ ਸਟੇ ਲਾ ਦਿੱਤੀ। ਸੋ ਇਸ ਕਰਕੇ ਇਹ ਜਿਹੜੇ ਜੱਜਸ ਦੀ ਜਿਹੜੀ ਅਪਾਇੰਟਮੈਂਟ ਹੈਗੀ ਆ ਇਹਦਾ ਬਹੁਤ ਜ਼ਿਆਦਾ ਅਸਰ ਪੈਂਦਾ, ਖਾਸ ਕਰਕੇ ਗਵਰਨਮੈਂਟ ਜੋ ਇਨਫੋਰਸ ਕਰਨਾ ਚਾਹੁੰਦੀ ਆ ਤੇ ਉਹਦੇ ਵਿੱਚ ਜਿਹੜੀ ਜੁਡੀਸ਼ਰੀ ਆ ਉਹਨੇ ਹੀ ਮਤਲਬ ਇਨਸਾਫ਼ ਦੇਣਾ ਹੁੰਦਾ ਜਾਂ ਉਸ ਗੱਲ ਤੇ ਖੜਨਾ ਹੁੰਦਾ, ਪਰ ਜੇ ਜੁਡੀਸ਼ਰੀ ਵੀ ਗਵਰਨਮੈਂਟ ਦੀ ਸਪੋਰਟ ਕਰ ਦੇਵੇ ਤਾਂ ਫਿਰ ਜਿਹੜਾ ਹੈਗਾ ਉਹ ਆਮ ਜਿਹੜੇ ਲੋਕ ਨੇ ਉਹ ਕਿੱਥੇ ਜਾਣ। ਸੋ ਇਸ ਕਰਕੇ ਇਹਦਾ ਫਰਕ ਤਾਂ ਡੈਫੀਨਿਟਲੀ ਹੈਗਾ ਜੀ। ਡੈਫੀਨਿਟਲੀ ਵਾਂਸ ਅਗੇਨ ਇਸ ਚੀਜ਼ ਲਈ ਅਗਰ ਤੁਹਾਡੇ ਕੋਈ ਸਪੈਸੀਫਿਕ ਕੁਐਸਚਨਸ ਹਨ, ਇਹ ਪ੍ਰੋਗਰਾਮ ਬਿਲਕੁਲ ਲਾਈਵ ਜਾ ਰਿਹਾ ਬਟ ਆਪਾਂ ਲਾਈਵ ਕਾਲਾਂ ਨਹੀਂ ਲੈ ਰਹੇ ਤਾਂ ਕਿ ਸਾਡੀ ਜੋ ਜਾਣਕਾਰੀ ਤੁਹਾਨੂੰ ਪ੍ਰੋਵਾਈਡ ਕਰਨੀ ਹੈ ਉਹ ਵਧੀਆ ਤਰੀਕੇ ਨਾਲ ਆਪਾਂ ਪ੍ਰੋਵਾਈਡ ਕਰ ਸਕਣ। ਜਸਪ੍ਰੀਤ ਜੀ ਸਾਡੇ ਨਾਲ ਜੁੜੇ ਹੋਏ, ਇਹਨਾਂ ਦੇ ਸਾਰੇ ਆਫਿਸਿਸ ਦੇ ਵੱਖ ਵੱਖ ਫੋਨ ਨੰਬਰਸ ਤੁਸੀਂ ਸਕਰੀਨ 'ਤੇ ਲਿਖੇ ਦੇਖ ਸਕਦੇ ਹੋ, ਇਹਨਾਂ ਦੀ ਈਮੇਲ ਵੀ ਤੁਸੀਂ ਇਹਨਾਂ ਨੂੰ ਡਾਇਰੈਕਟਲੀ ਕੋਂਟੈਕਟ ਕਰਨਾ ਹੈ ਲਿਖੀ ਹੋਈ ਹੈ ਸਕਰੀਨ 'ਤੇ। ਜਸਪ੍ਰੀਤ ਜੀ, ਜਿੱਥੇ ਤੁਸੀਂ ਸਾਨੂੰ ਅਪਡੇਟ ਦਿੱਤੀ ਡੈਪੋਰਟੇਸ਼ਨ ਨੂੰ ਲੈ ਕੇ ਅਤੇ ਕਿਸ ਤਰ੍ਹਾਂ ਹੁਣ ਅਸਾਈਲਮ ਦੇ ਕੇਸਿਸ ਬਿਲਕੁਲ ਸਖਤੀ ਨਾਲ ਇਨਫੋਰਸ ਹੋ ਰਹੇ ਆ, ਪ੍ਰੋਸੈਸ ਹੋ ਰਹੇ ਹਨ ਟਰੰਪ ਐਡਮਿਨਿਸਟ੍ਰੇਸ਼ਨ ਦੇ ਅੰਡਰ, ਅਤੇ ਸਾਨੂੰ ਇਹ ਵੀ ਸ਼ਾਇਦ ਲੱਗਦਾ ਕਿ ਹੋਰ ਇਹ ਰੂਲਸ ਚੇਂਜ ਹੋਣ, ਜਿਸ ਤਰ੍ਹਾਂ ਇਹਨਾਂ ਦਾ ਇਮੀਗ੍ਰੇਸ਼ਨ ਬੈਨ ਇਨੀਸ਼ਲੀ 60 ਡੇਜ਼ ਦਾ ਇਹਨਾਂ ਨੇ ਅਨਾਊਂਸ ਕੀਤਾ ਸੀ ਕੋਵਿਡ ਨੂੰ ਲੈ ਕੇ, ਉਹਦੇ ਵੀ ਚਾਂਸਿਸ ਹਨ ਸ਼ਾਇਦ ਐਕਸਟੈਂਡ ਹੋਣ ਦੇ। ਇੱਥੇ ਇੱਕ ਹੋਰ ਕੈਟੇਗਰੀ ਆਉਂਦੀ ਹੈ ਜੋ L1H1 ਹੈ, ਕਿ ਉਹਨਾਂ 'ਤੇ ਵੀ ਕੁਛ ਇੰਪੈਕਟ ਹੋ ਰਿਹਾ, ਉਹਨਾਂ ਦੀ ਕੀ ਅਪਡੇਟਸ ਹਨ? ਹਾਂਜੀ, ਤੇ ਅਸਾਈਲਮ ਬਾਰੇ ਤਾਂ ਆਪਾਂ ਦੱਸ ਹੀ ਚੁੱਕੇ ਹਾਂ ਵੀ ਜਿਹੜੇ ਡਿਟੈਂਸ਼ਨ 'ਚ ਹੈਗੇ ਆ ਉਹਨਾਂ 'ਤੇ ਜ਼ਿਆਦਾ ਇਨਫੋਰਸਮੈਂਟ ਹੈਗੀ ਆ ਕਿ ਉਹਨਾਂ ਨੂੰ ਇਹਨਾਂ ਦੀ ਕੋਸ਼ਿਸ਼ ਹੈਗੀ ਆ ਵੀ ਬਾਹਰ ਨਾ ਆ ਸਕਣ ਜਾਂ ਡੈਪੋਰਟੇਸ਼ਨ ਲੱਗੇ ਡਿਪੋਰਟ ਕਰੀਏ, ਪਰ ਜਿਹੜੇ ਬਾਹਰ ਅਸਾਈਲਮ ਕੇਸ ਲੜਦੇ ਆ ਉਹਨਾਂ 'ਤੇ ਜ਼ਿਆਦਾ ਅਸਰ ਨਹੀਂ ਹੈਗਾ। ਉਹਨਾਂ ਦੀ ਜਿਹੜੀ ਪਾਸਿੰਗ ਪਰਸੈਂਟੇਜ ਹੈਗੀ ਆ ਕੇਸ ਦੀ ਅਪਰੂਵਲ ਉਹ ਜ਼ਿਆਦਾ, ਅੱਗੇ ਨਾ ਉਹ ਹੋ ਰਹੀ ਆ ਉਹ 'ਤੇ ਕੋਈ ਇਸ ਐਡਮਿਨਿਸਟ੍ਰੇਸ਼ਨ ਦਾ ਬਹੁਤ ਜ਼ਿਆਦਾ ਅਸਰ ਨਹੀਂ ਹੈ। ਤੇ ਸਰਟਨ ਥਾਵਾਂ 'ਤੇ ਹੈਗਾ, ਪਰ ਜਿਹੜੀਆਂ ਆਹ ਜਗ੍ਹਾ ਜਿਵੇਂ ਕੈਲੀਫੋਰਨੀਆ ਨਿਊਯਾਰਕ ਇੰਨਾ ਅਸਰ ਨਹੀਂ ਹੈਗਾ, ਉੱਥੇ ਕੇਸ ਪਾਸ ਹੋ ਰਹੇ ਆ ਅੱਜ ਵੀ। ਜਿਹੜਾ ਹੈਗਾ ਨੌਨ ਇਮੀਗ੍ਰੈਂਟ ਵੀਜ਼ਾ, ਤੁਹਾਨੂੰ ਹੁਣ ਯਾਦ ਹੋਊਗਾ ਜਦੋਂ ਆਪਾਂ ਪਿੱਛੇ ਜੇ ਮਤਲਬ ਪਿਛਲੇ ਪ੍ਰੋਗਰਾਮਾਂ 'ਚ ਇਹ ਡਿਸਕਸ਼ਨ ਕੀਤੀ ਸੀਗੀ ਕਿ ਜਿਹੜਾ ਪ੍ਰੈਜੀਡੈਂਟ ਟਰੰਪ ਨੇ ਇਮੀਗ੍ਰੇਸ਼ਨ ਬੈਨ ਲਾਇਆ, ਇਹਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਜਿਹੜੇ ਨੌਨ ਇਮੀਗ੍ਰੈਂਟ ਵੀਜ਼ਾਸ ਨੇ ਜਿਵੇਂ ਕਿ H1 ਵੀਜ਼ਾ ਹੋ ਗਿਆ, L1 ਹੋ ਗਿਆ, ਜਾਂ ਸਟੂਡੈਂਟ ਵੀਜ਼ਾ ਹੋ ਗਿਆ, ਜਾਂ ਸਟੂਡੈਂਟ ਵੀਜ਼ੇ 'ਤੇ ਜਿਹੜਾ ਵਰਕ ਪਰਮਿਟ OPT ਪ੍ਰੋਗਰਾਮ ਆ ਉਹ ਮਿਲਦਾ, ਵੀ ਉਹਨਾਂ ਦੇ ਉੱਤੇ ਵੀ ਕੁਝ ਰਿਸਟ੍ਰਿਕਸ਼ਨਸ ਲੱਗਣਗੀਆਂ। ਉਹ ਪਿੱਛੇ ਜੇ ਵਾਲ ਸਟ੍ਰੀਟ ਜਰਨਲ ਦੇ ਵਿੱਚ ਖਬਰ ਆਈ ਆ, ਹੋਰਾਂ ਜਿਹੜੀ ਅਮੈਰੀਕਨ ਮੇਨ ਸਟ੍ਰੀਮ ਜਿਹੜਾ ਮੀਡੀਆ ਉਹਦੇ ਵਿੱਚ ਵੀ ਆਈ ਆ, ਪਲੱਸ ਸਾਡੀ ਜਿਹੜੀ ਲੀਗਲ ਕਮਿਊਨਿਟੀ ਆ ਸਾਡੇ ਵਿੱਚ ਵੀ ਇਹ ਨਿਊਜ਼ ਹੈਗੀ ਆ ਕਿ ਜੂਨ ਦੇ ਮਹੀਨੇ ਦੇ ਵਿੱਚ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਰਿਸਟ੍ਰਿਕਸ਼ਨਸ ਲੱਗ ਸਕਦੀਆਂ ਨੇ ਕਿ ਇਹ ਜਿਹੜੇ H1 ਤੇ ਬੰਦੇ ਆ ਉਹਨਾਂ ਨੂੰ ਕੰਮ ਕਰਨ ਦੀ ਜਿਹੜੀ ਹੈਗੀ ਆ ਉਹਨਾਂ ਦੀ ਅਬਿਲਿਟੀ ਉੱਤੇ ਰੋਕ ਸਕਦੇ ਆ, L1 ਨੂੰ ਵੀ ਰੋਕ ਸਕਦੇ ਆ, ਪਲੱਸ ਜ਼ਿਆਦਾ ਇਹਨਾਂ ਦਾ ਫੋਕਸ ਇਸ ਗੱਲ 'ਤੇ ਹੋਏਗਾ ਕਿ ਜਿਹੜੇ ਸਟੂਡੈਂਟ ਵੀਜ਼ੇ 'ਤੇ ਬੰਦੇ ਆਉਂਦੇ ਆ ਉਹ OPD ਪ੍ਰੋਗਰਾਮ ਦੇ ਅੰਡਰ ਵਰਕ ਪਰਮਿਟ ਲੈ ਕੇ ਕੰਮ ਕਰ ਸਕਦੇ ਆ, ਕਿ ਉਹਨਾਂ ਨੂੰ ਕਿਸੇ ਤਰੀਕੇ ਨਾਲ ਕੰਮ ਕਰਨ ਤੋਂ ਰੋਕਿਆ ਜਾਵੇ, ਕਿਉਂਕਿ ਇਹ ਸੋਚਦੇ ਆ ਵੀ ਇਹ ਜੋ ਕੰਮ ਕਰਦੇ ਆ ਤਾਂ ਅਮੈਰੀਕਨ ਸਿਟੀਜ਼ਨਸ ਦੀਆਂ ਜੌਬਸ ਜਿਹੜੀਆਂ ਨੇ ਉਹ ਡਿਸਪਲੇਸ ਕਰਦੇ ਆ, ਤੇ ਸਾਰਾ ਫੋਕਸ ਜਿਹੜਾ ਜੋ ਵੀ ਆ ਇਮੀਗ੍ਰੇਸ਼ਨ ਰਿਸਟ੍ਰਿਕਸ਼ਨਸ ਨੇ ਉਹ ਇਹ ਆ ਕਿ ਇੱਥੇ ਹੁਣ ਤੁਹਾਨੂੰ ਪਤਾ ਹੀ ਆ ਵੀ 39 ਮਿਲੀਅਨ ਬੰਦਿਆਂ ਤੋਂ ਉੱਤੇ ਅਨਇੰਪਲੋਇਮੈਂਟ ਹੈਗੀ ਆ, ਤੇ ਉਹਨੂੰ ਇਹ ਸਮਝਦੇ ਆ ਵੀ ਸ਼ਾਇਦ ਇਹ ਇਮੀਗ੍ਰੈਂਟਸ ਕਰਕੇ ਹੋਈ ਆ, ਹਾਲਾਂਕਿ ਜਿਹੜੀ ਹਿਸਟਰੀ ਆ ਇਹ ਪ੍ਰੂਵ ਕਰਦੀ ਆ ਕਿ ਇਮੀਗ੍ਰੈਂਟਸ ਦਾ ਇਹਦੇ ਨਾਲ ਕੋਈ ਲੈਣਾ ਦੇਣਾ ਨਹੀਂ,
ਜਿਹੜੀਆਂ ਜੌਬਸ ਇਮੀਗ੍ਰੈਂਟਸ ਕਰਦੇ ਨੇ ਉਹ ਜੌਬਸ ਇੱਥੋਂ ਵਾਲੇ ਬੰਦੇ ਨਹੀਂ ਕਰ ਸਕਦੇ, ਜੀ ਸੋ ਇਸ ਕਰਕੇ ਉਹ ਪਰ ਇਹ ਇਹਨਾਂ ਨੇ ਇਸ ਗੱਲ ਨੂੰ ਮਤਲਬ ਬੇਸ ਬਣਾ ਕੇ ਇਹ ਰਿਸਟ੍ਰਿਕਸ਼ਨਸ ਆਉਣ ਵਾਲੇ ਸਮੇਂ 'ਚ ਇਹ ਕਰ ਸਕਦੇ ਆ, ਜੇ ਕਰਨਗੇ ਤਾਂ ਉਹਦੇ ਮੁਤਾਬਕ ਆਪਾਂ ਜਿਹੜੀ ਸਾਰੀ ਜਾਣਕਾਰੀ ਦੇ ਦਿਆਂਗੇ। ਆਫ ਕੋਰਸ, ਐਂਡ ਵਾਂਸ ਅਗੇਨ ਕੋਈ ਤੁਹਾਨੂੰ ਡਾਇਰੈਕਟਲੀ ਕੰਟੈਕਟ ਕਰਨਾ ਚਾਹੁੰਦਾ ਹੈ ਭਾਵੇਂ ਉਹ ਵੈਸਟ ਕੋਸਟ, ਈਸਟ ਕੋਸਟ, ਨੇਸ਼ਨ ਵਾਈਡ ਕਿਸੇ ਵੀ ਥਾਂ 'ਤੇ ਤੁਹਾਨੂੰ ਕੰਟੈਕਟ ਕਰ ਸਕਦੇ, ਤੁਹਾਡੀ ਸਾਰੀ ਇਨਫੋਰਮੇਸ਼ਨ ਸਕਰੀਨ 'ਤੇ ਲਿਖੀ ਹੋਈ ਹੈ। ਜਸਪ੍ਰੀਤ ਜੀ, ਸਾਡੇ ਕੋਲ ਵੱਖ ਵੱਖ ਕੁਐਸਚਨਸ ਆ ਰਹੇ ਹਨ, ਬਟ ਕੁਛ ਕੁਐਸਚਨਸ ਬਾਰ ਬਾਰ ਸਾਨੂੰ ਦੇਖਣ ਨੂੰ ਮਿਲ ਰਹੇ, ਤੁਹਾਡੇ ਵੀ ਕਲਾਇੰਟਸ ਤੁਹਾਨੂੰ ਕੁਛ ਸਵਾਲ ਉਹੀ ਸਵਾਲ ਬਾਰ ਬਾਰ ਕਰ ਰਹੇ, ਉਹਨਾਂ ਕੁਛ ਕੁਐਸਚਨਸ ਬਾਰੇ ਕੋਈ ਜਾਣਕਾਰੀ ਜਾਣ ਤੋਂ ਪਹਿਲੇ। ਜੀ, ਇੱਕ ਤਾਂ ਵਿਜ਼ਟਰ ਵੀਜ਼ੇ ਦੇ ਕੁਐਸਚਨ ਆਉਂਦੇ ਆ, ਕਿਉਂਕਿ ਕਈ ਬੰਦੇ ਇੱਥੇ ਵਿਜ਼ਟਰ ਵੀਜ਼ੇ ਤੇ ਆਏ ਆ, ਉਹਨਾਂ ਦੀ ਐਂਟਰੀ ਖਤਮ ਹੋਣ ਵਾਲੀ ਆ, ਕਿਸੇ ਦੀ ਜੂਨ 'ਚ ਖਤਮ ਹੋਣ ਵਾਲੀ ਆ, ਜੁਲਾਈ 'ਚ ਖਤਮ ਹੋਣ ਵਾਲੀ ਆ, ਉਹ ਵੇਟ ਕਰ ਰਹੇ ਆ ਵੀ ਸ਼ਾਇਦ ਏਅਰਲਾਈਨਾਂ ਜਿਹੜੀਆਂ ਖੁੱਲ੍ਹ ਜਾਣ, ਅਤੇ ਉਹਨਾਂ ਨੂੰ ਇਹੀ ਐਡਵਾਈਸ ਹੈ ਕਿ ਤੁਸੀਂ ਇਹਦੀ ਐਕਸਟੈਂਸ਼ਨ ਪਾ ਦਿਉ I-539 ਫਾਰਮ 'ਤੇ, ਅਤੇ ਇਹਦੀ ਜਿਹੜੀ ਫੀਸ ਹੈਗੀ ਆ ਉਹ ਲਾ ਕੇ ਉਹਨਾਂ ਨੂੰ ਮੇਲ ਕਰੋ, ਤਾਂ ਕਿ ਤੁਹਾਨੂੰ 4 ਤੋਂ 6 ਮਹੀਨੇ ਦੀ ਐਕਸਟੈਂਸ਼ਨ ਮਿਲ ਜਾਵੇ। ਅਤੇ ਉਹ ਐਕਸਟੈਂਸ਼ਨ ਦਾ ਇਹ ਫਾਇਦਾ ਹੋਏਗਾ ਵੀ ਇਹਦਾ ਮਤਲਬ ਇਹ ਨਹੀਂ ਕਿ ਤੁਸੀਂ 4 ਮਹੀਨੇ ਰਹਿਣਾ ਹੀ ਆ, ਜੇ ਫਰਜ਼ ਕਰੋ ਏਅਰਲਾਈਨਾਂ 'ਚ ਪਹਿਲਾਂ ਜਿਹੜੀ ਹੈਗੀ ਆ ਅਵੇਲੇਬਿਲਿਟੀ ਹੋ ਗਈ, ਤੁਸੀਂ ਪਹਿਲਾਂ ਜਾ ਸਕਦੇ ਹੋ, ਪਰ ਜੇ ਐਕਸਟੈਂਸ਼ਨ ਨਾ ਪਾਈ, ਤੁਸੀਂ ਅਪਲਾਈ ਨਾ ਕੀਤਾ ਐਕਸਟੈਂਸ਼ਨ ਲਈ, ਤਾਂ ਫਿਰ ਤੁਹਾਡਾ ਇਹ ਵੀਜ਼ੇ 'ਤੇ ਇਹਦਾ ਅਸਰ ਪੈ ਸਕਦਾ, ਕਿਉਂਕਿ ਆਪਣੇ ਆਪ ਐਕਸਟੈਂਸ਼ਨ ਨਹੀਂ ਮਿਲ ਜਾਣੀ, ਤੁਹਾਨੂੰ ਅਪਲਾਈ ਕਰਨਾ ਪੈਣਾ। ਅੱਛਾ ਜੀ। ਦੂਸਰਾ, ਜਿਹੜੇ ਇੰਡੀਆ 'ਚ ਸਟੱਕ ਹੋਏ ਨੇ, ਆਪਾਂ ਲਾਸਟ ਫੋਰਮ 'ਚ ਵੀ ਗੱਲ ਕੀਤੀ ਸੀ ਉਹਦੇ ਬਾਰੇ ਵੀ ਆ, ਕਿ ਜਿਹੜਾ ਗ੍ਰੀਨ ਕਾਰਡ ਹੋਲਡਰ ਨੂੰ ਅਜੇ 6 ਮਹੀਨੇ ਹੋਏ ਆ ਜਾਂ ਹੋਣ ਵਾਲੇ ਆ, ਉਹ ਆ ਸਕਦਾ ਜਦੋਂ ਕੋਈ ਟਿਕਟ ਹੈਗੀ ਆ, ਐਕਸਪਲੇਨ ਕਰ ਦੂਗਾ ਵੀ ਮੈਂ ਆਪਣੇ, ਮੇਰਾ ਕਸੂਰ ਨਹੀਂ, ਮੈਂ ਆਉਣਾ ਚਾਹੁੰਦਾ ਸੀ ਪਰ ਮੈਨੂੰ 6 ਮਹੀਨੇ ਤੋਂ ਉੱਪਰ ਹੋ ਗਏ, ਉਹ 7-8 ਮਹੀਨੇ ਵੀ ਹੋ ਜਾਣ ਤਾਂ ਉਹਨੂੰ ਕੋਈ ਪ੍ਰੋਬਲਮ ਨਹੀਂ ਹੈਗੀ। ਜਿਹਨੂੰ ਸਾਲ ਹੋਣ ਵਾਲਾ ਉਹਨੂੰ ਪ੍ਰੋਬਲਮ ਹੈਗੀ ਆ, ਉਹਨੂੰ ਅੰਬੈਸੀ ਨਾਲ ਕੰਟੈਕਟ ਕਰਨਾ ਚਾਹੀਦਾ ਜਦੋਂ ਅੰਬੈਸੀ ਜਿਹੜੀ ਅਮੈਰੀਕਨ ਅੰਬੈਸੀ ਖੁੱਲ੍ਹੇਗੀ ਉੱਥੇ। ਦੂਸਰਾ, ਇਹਦੇ 'ਚ ਇੱਕ ਹੋਰ ਕੈਟੇਗਰੀ ਆ, ਉਹ ਇਹ ਆ ਵੀ ਜਿਹੜੇ ਬੰਦਿਆਂ ਦੀਆਂ ਪਟੀਸ਼ਨਾਂ ਕੀਤੀਆਂ ਸੀਗੀਆਂ ਉਹਨਾਂ ਦੇ ਭੈਣ ਭਰਾਵਾਂ ਨੇ, ਜਿਹੜੀ F4 ਕੈਟੇਗਰੀ ਹੈ, ਜਾਂ ਸਿਟੀਜ਼ਨਸ ਨੇ ਆਪਣੇ ਮੈਰਿਟ ਬੱਚਿਆਂ ਦਾ ਅਪਲਾਈ ਕੀਤਾ, ਜਾਂ ਕਿਸੇ ਗ੍ਰੀਨ ਕਾਰਡ ਹੋਲਡਰ ਨੇ ਆਪਣੀ ਫੈਮਿਲੀ ਦਾ ਅਪਲਾਈ ਕੀਤਾ, ਹਸਬੈਂਡ ਵਾਈਫ ਦਾ, ਉਹਨਾਂ ਨੂੰ ਇੰਟਰਵਿਊ ਹੋ ਗਿਆ, ਵੀਜ਼ਾ ਲੱਗ ਗਿਆ, ਪਰ ਉਹ ਫਲਾਈ ਨਹੀਂ ਕਰ ਸਕੇ, ਠੀਕ ਹੈ। ਉਹਨਾਂ ਨੂੰ ਜਿੰਨੀ ਦੇਰ ਦਾ ਉਹ ਜਿਹੜਾ ਇਮੀਗ੍ਰੈਂਟ ਵੀਜ਼ਾ ਮਿਲਿਆ, ਫਿਰ ਉਹ ਕਿਸੇ ਦਾ ਜੁਲਾਈ 'ਚ ਖਤਮ ਹੁੰਦਾ ਹੈ, ਜੂਨ ਦੇ ਐਂਡ 'ਚ ਹੁੰਦਾ, ਜੇ ਤਾਂ ਉਸ ਤੋਂ ਪਹਿਲਾਂ ਪਹਿਲਾਂ ਉਹ ਆਉਣ 'ਚ ਕਾਮਯਾਬ ਹੋ ਜਾਂਦੇ ਆ, ਤਾਂ ਉਹ ਜਿਹੜਾ ਵੀਜ਼ਾ ਹੈਗਾ ਉਹ ਠੀਕ ਰਹੇਗਾ, ਉਹ ਆ ਸਕਣਗੇ। ਪਰ ਜੇ ਉਹ ਲੇਟ ਹੋ ਗਏ, ਨਾ ਆ ਸਕੇ, ਉਹਨਾਂ ਨੂੰ ਫਲਾਈਟ ਨਾ ਮਿਲੀ, ਤਾਂ ਉਹਨਾਂ ਦਾ ਸਾਰਾ ਇਹ ਪ੍ਰੋਸੈਸ ਦੁਬਾਰਾ, ਫੀਸਾਂ ਜਿਹੜੀਆਂ ਨੇ, ਮਤਲਬ ਮੈਡੀਕਲ, ਉਹਦੋਂ ਇਲਾਵਾ ਜਿਹੜੀ ਆਪਾਂ ਪੁਲਿਸ ਕਲੀਅਰੈਂਸ ਲੈਂਦੇ ਹਾਂ, ਪੁਲਿਸ ਰਿਪੋਰਟ, ਉਹ ਸਾਰਾ ਕੁਝ ਦੁਬਾਰਾ ਜਾਏਗਾ, ਉਹਨੂੰ 6 ਮਹੀਨੇ ਲੱਗਣਗੇ। ਪਲੱਸ ਉਹਦੇ ਵਿੱਚੋਂ ਕੁਛ ਅਜਿਹੀਆਂ ਕੈਟੇਗਰੀਆਂ ਵੀ ਹੈਗੀਆਂ ਜਿਹੜੀਆਂ ਕਿ ਜਿਹੜਾ ਇਮੀਗ੍ਰੇਸ਼ਨ ਬੈਨ ਲਾਇਆ ਪ੍ਰੈਜੀਡੈਂਟ ਟਰੰਪ ਨੇ, ਉਹਦੇ 'ਚ ਆਉਂਦੀਆਂ, ਅਤੇ ਉਹਦੇ 'ਚ ਵੀ ਹੋ ਸਕਦਾ ਵੀ ਉਹ ਆ ਜਾਣ ਅਤੇ ਮੁੜ ਕੇ ਹੋਰ 6 ਮਹੀਨੇ ਸਾਲ ਨਾ ਆ ਸਕਣ। ਸੋ ਉਹਨਾਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਆ ਕਿ ਉਹ ਇਹਦੇ ਵਿੱਚ ਜਿੰਨੀ ਉਹਨਾਂ ਨੂੰ ਟਾਈਮ ਮਿਲਿਆ ਆਉਣ ਦੀ ਇੱਥੇ ਕੋਸ਼ਿਸ਼ ਕਰਨ। ਜੀ ਜੀ, ਅਤੇ ਹੋਰ ਜਾਣਕਾਰੀ ਲਈ ਜ਼ਰੂਰ ਵਿਊਅਰਸ ਤੁਹਾਨੂੰ ਡਾਇਰੈਕਟਲੀ ਕੰਟੈਕਟ ਕਰ ਸਕਦੇ। ਅੱਜ ਆਪਾਂ ਕਾਲਾਂ ਨਹੀਂ ਲਈਆਂ ਇਸ ਪ੍ਰੋਗਰਾਮ ਵਿੱਚ, ਕਿਉਂਕਿ ਇੰਨੀ ਜ਼ਿਆਦਾ ਇਨਫੋਰਮੇਸ਼ਨ ਸ਼ੇਅਰ ਕਰਨੀ ਸੀ, ਅਤੇ ਹਾਲੇ ਵੀ ਲੱਗਦਾ ਕਿ ਟਾਈਮ ਸਾਡੇ ਕੋਲ ਕਮ ਹੈ, ਇਨਫੋਰਮੇਸ਼ਨ ਜ਼ਿਆਦਾ, ਅਤੇ ਸਾਰੀ ਇਨਫੋਰਮੇਸ਼ਨ ਤੁਹਾਡੀ ਸਕਰੀਨ 'ਤੇ ਲਿਖੀ ਹੋਈ ਹੈ। ਤੁਸੀਂ ਇਸ ਪ੍ਰੋਗਰਾਮ ਨੂੰ ਰਿਪੀਟ ਦੇਖ ਸਕਦੇ ਹੋ ਅੱਜ ਸ਼ਾਮ ਨੂੰ ਈਸਟਰਨ ਟਾਈਮ 12 ਵਜੇ, ਕੈਲੀਫੋਰਨੀਆ ਟਾਈਮ 9 PM ਦਿਸ ਈਵਨਿੰਗ। ਜਸਪ੍ਰੀਤ ਜੀ, ਥੈਂਕ ਯੂ ਸੋ ਮਚ ਫੋਰ ਜੁਆਇਨਿੰਗ ਅਸ। ਅਗਲੇ ਹਫ਼ਤੇ ਇਸੇ ਤਰ੍ਹਾਂ ਗੱਲ ਜਾਰੀ ਰਹੇਗੀ। ਸਤਿ ਸ਼੍ਰੀ ਅਕਾਲ। ਅਤੇ ਬਾਕੀ ਵਿਊਅਰਸ, ਤੁਸੀਂ ਵੀ ਸਾਨੂੰ ਲਿਖ ਸਕਦੇ ਹੋ, ਤੁਹਾਡੇ ਕੋਈ ਲੀਗਲ ਸਵਾਲ ਹਨ ਸਾਡੇ ਲਈ, ਜ਼ਰੂਰ ਕੋਸ਼ਿਸ਼ ਕਰਾਂਗੇ ਤੁਹਾਨੂੰ ਇਨਫੋਰਮੇਸ਼ਨ ਪਹੁੰਚਾਉਣ ਦੀ ਜਾਂ ਕਨੈਕਟ ਕਰਾਉਣ ਦੀ। info@justbroadcasting.com, ashmita@justbroadcasting.com। ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ।